ਸਤਿ ਸ਼੍ਰੀ ਅਕਾਲ ਪੰਜਾਬ ਵੈਗਦਰ ਟੀਵੀ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਖਬਰ ਆ ਚੁੱਕੀ ਹੈ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਆਂ ਦੇ ਨਾਲ ਵਾਪਰ ਗਿਆ। ਵੱਡਾ ਕਹਿਰ ਹੋਈਆਂ ਮੌਤਾਂ ਛਾਇਆ ਸਾਰੇ ਇਲਾਕੇ ਵਿੱਚ ਸੋਗ ਜੀਹਾ ਦੋਸਤੋ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਆਂ ਦੇ ਨਾਲ ਵੱਡਾ ਛੜਕੀ ਹਾਰਸਾ ਵਾਪਰ ਗਿਆ ਜਿੱਥੇ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਤੇ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਰਾਜਪੁਰਾ ਪਟਿਆਲਾ ਰੋਡ ਤੇ ਪਿੰਡ ਖੇੜੀ ਗੰਢਿਆ ਦੇ ਨੇੜੇ ਵਾਪਰੀ ਹੈ ਅਤੇ ਇਹ ਸ਼ੜਕ ਹਾਰਸਾ ਉਸ ਸਮੇਂ ਵਾਪਰਿਆ ਜਦੋਂ ਬੀਤੀ ਰਾਤ ਪਟਿਆਲਾ ਦੇ ਨੌਜਵਾਨ ਆਪਣੇ ਘਰ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿਖੇ ਮੱਥਾ ਟੇਕਣ ਦੇ ਲਈ देर रात ਰਵਾਨਾ ਹੋਏ ਸਨ ਤੇ ਉੱਥੇ ਹੀ ਇਹਨਾਂ ਨੂੰ ਕੋਈ ਕੰਮ ਪੈਣ ਤੇ ਰਾਜਪੁਰਾ ਦੇ ਲਈ ਨਿਕਲ ਗਏ ਤੇ ਅੱਜ ਸਵੇਰੇ ਇਹਨਾਂ ਨੌਜਵਾਨਾਂ ਦੀ ਸਵੈਫਟ ਕਾਰ ਰਾਜਪੁਰਾ ਪਟਿਆਲਾ ਰੋਡ ਤੇ ਕਾਲੂ ਦੇ ਢਾਬੇ ਦੇ ਨੇੜੇ ਕਿਸੇ ਆਣ ਪਛਾਤੀ ਗੱਡੀ ਦੇ ਨਾਲ ਜਾ ਟਕਰਾ ਗਈ ਤੇ ਜਿਸ ਕਾਰਨ ਵੱਡਾ ਸ਼ੜਕੀ ਹਾਰਸਾ ਵਾਪਰ ਗਿਆ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਅਤੇ ਇਸ ਹਾਰਸੇ ਦੇ ਵਿੱਚ ਜਿੱਥੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਉੱਥੇ ਹੀ ਕਾਰ ਦਾ ਇੰਜਨ 5-6 ਮੀਟਰ ਦੂਰ ਜਾ ਕੇ ਡਿੱਗਿਆ ਤੇ ਇਸ ਹਾਰਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਤਾ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਉੱਥੇ ਹੀ ਮ੍ਰਿਤਕ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਿਆ ਤੇ ਇਸ ਹਾਰਸੇ ਦੇ ਵਿੱਚ 19 ਸਾਲਾਂ ਤਰਨਜੀਤ ਸਿੰਘ ਅਤੇ 19 ਸਾਲਾਂ ਸੁਖਮਣਜੀਤ ਸਿੰਘ ਦੀ ਮੌਤ ਹੋ ਗਈ ਹੈ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ